ਮੇਰਾ ਨਾਮ ਜਸਦੀਪ ਸਿੰਘ ਹੈ ਜੀ, ਸਨ ਆਫ ਅਜੈਬ ਸਿੰਘ, ਪਿੰਡ ਦਿਆਲਪੁਰਾ ਜੀ, ਨੰਬਰਦਾਰ ਹੈ। ਹੋਇਆ ਵੇਖੋ ਜੀ, ਇਹ ਬੱਚਾ, ਇਹ ਤਿੰਨ ਭਰਾ ਸੀ, ਇਹਨਾਂ ਦੀ 7.5-7 ਕਿੱਲੇ ਪੈਲੀ ਸੀ ਅਤੇ 2.5 ਕਿੱਲੇ ਇਹਨੂੰ ਆਉਂਦੀ ਸੀ ਪੈਲੀ ਜੀ। ਇਹ ਹੁਣ ਉਦੋਂ ਜਦੋਂ ਇਲੈਕਸ਼ਨ ਹੋਈ ਉਹਦੇ ਨਾਲ ਕਾਗਜ਼ ਕੁਗਜ਼ ਭਰ ਕੇ ਦਿੱਤੇ ਵੀ ਜਿਹੜਾ ਕੋਈ ਵੀ ਕਿਸੇ ਕਿਸਮ ਦਾ ਕੋਈ ਪ੍ਰਾਈਵੇਟ ਕਰਜ਼ਾ ਕੋਈ ਵੀ ਤੁਹਾਡੇ ਮਾਫ ਹੋ ਜਾਣਾ ਜੀ। ਉਹ ਅੱਜ ਦਾ ਹੁਣ ਲਾਲਾ ਹੋਈ ਆ ਵੀ ਕੁਛ ਨਹੀਂ ਹੋਣਾ, ਉਦੋਂ ਦਾ ਇਹ ਸਦਮੇ ਵਿੱਚ ਆਈ ਗਿਆ। ਹਾਂਜੀ, ਅਤੇ ਬਹੁਤ ਬੜੀ ਗੱਲ। ਹਾਂਜੀ, ਇਹ ਉੱਥੇ ਖੇਤ 'ਚ ਡਿੱਗੇ ਮਿਲੇ, ਇੱਥੋਂ ਘਰਦੀ ਇਹਦੀ ਆਉਂਦੀ ਵੀ ਰੋਟੀ ਖਾ ਲਾ, ਆਉਂਦਾ ਮੈਂ ਖਾਣਾ ਮਤਲਬ ਪਰੇਸ਼ਾਨ ਸੀ, ਬੋਲਦਾ ਬਲਦਾ ਵੀ ਕੁਛ ਨਹੀਂ, ਕਦੀ ਆ ਜਿਹੜਾ ਠੱਠਾ ਬਰਾਂਡਾ ਜਾ ਇਹਦੇ ਵਿੱਚ ਵੜ ਜਾਂਦਾ, ਪਰੇਸ਼ਾਨੀ ਕਰਜ਼ਾ ਹੈ ਜੀ। ਕਰਜ਼ਾ ਹੁਣ ਇਹ ਦੱਸਣ ਤੋਂ ਬਾਅਦ 2 ਲੱਖ ਤੋਂ ਤਾਂ ਹੀ ਆ, ਪਰ ਥਾਣੇ ਵਾਲੇ ਪਹਿਲਾਂ ਤਾਂ ਅਸੀਂ ਚੌਂਕੀ ਗਏ ਜੀ ਗੱਗੋਮਾਲ, ਉੱਥੋਂ ਸਾਨੂੰ ਕਹਿੰਦੇ ਰਮਦਾਸ ਚਲ ਜਾਓ। ਰਮਦਾਸ ਅਸੀਂ ਜਦੋਂ ਗਏ, ਹੁਣ ਮੈਂ ਨਿਗਾ ਜਿਹਾ ਬੱਚਾ ਸੀ ਨਾਲ, ਅਸੀਂ ਮੇਰੇ ਭਤੀਜੇ ਦੂਜੇ ਨਾਲ ਗਏ, ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ FIR ਦਰਜ ਕਰੋ, ਸਾਡੇ ਨਾਲ ਆਓ, ਸਾਨੂੰ ਕਦੀ ਕਹਿੰਦੇ ਆਹ ਲਿਓ ਉਹ ਲਿਓ, ਮੁੜ ਕੇ ਕਦੀ ਕਿਸੇ ਨਾਲ ਗੱਲ ਕਰ ਲਓ ਉਹਦੇ ਨਾਲ ਗੱਲ ਕਰ ਲਓ, ਯਾਨੀ ਕਿ ਟਾਰ ਮਟੋਲ ਕਰਦੇ ਰਹੇ ਵੀ ਅਸੀਂ FIR ਦਰਜ ਨਹੀਂ ਕਰਨੀ। ਅਸੀਂ ਫਿਰ ਹਾਰ ਕੇ ਦਰਖਾਸਤ ਲਿਖ ਕੇ ਅਤੇ ਸੁੱਟਿਆ, ਮੈਂ ਵੀ ਤੁਹਾਡੀ ਮਰਜ਼ੀ ਹੈ, ਉੱਥੇ ਨਿੱਕੇ ਨਿੱਕੇ ਬੱਚੇ ਨੇ, ਉਹ ਰੋਣ ਡੇ, ਅਸੀਂ ਉਹਨੂੰ ਵੀ ਸਾਹਮਣਾ ਜਾ ਕੇ, ਅਤੇ ਹੁਣ ਪਤਾ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ ਕਦੇ, ਇਸ ਕਰਕੇ ਜ਼ਿਆਦਾ ਮਤਲਬ ਉਹਨਾਂ ਦਾ ਕਾਰਨ ਇਹੋ ਸੀ ਵੀ ਇਹ ਉੱਦਾਂ ਹੀ ਚਲੇ ਜਾਣ, ਸਾਨੂੰ ਕਹਿੰਦੇ ਵੀ ਤਾਂ ਅਸੀਂ ਉੱਦਾਂ ਹੀ ਅਦਾਲਤ 'ਚ ਗਵਾਹੀ ਦੇ ਦਾਂਗੇ ਵੀ ਸੁਸਾਈਡ ਹੋ ਗਈ। ਕਿੰਨੇ ਘੰਟੇ ਬੀਤ ਗਏ? ਇਹ ਡੈਥ 3:30-4 ਵਜੇ ਦੀ ਹੋਈ ਹੈ, ਅਤੇ 2 ਘੰਟੇ ਸਾਡੇ ਉੱਥੇ ਹੀ ਲੰਘੇ, ਪਹਿਲਾਂ 1.5 ਘੰਟਾ ਗੱਗੋਮਾਲ, ਮੁੜ ਕੇ ਉੱਥੇ ਦਰਖਾਸਤ ਲਿਖਾਓ, ਉਹ ਕਰੋ, ਫਿਰ ਮੈਂ ਵੀ ਆਹ ਬੱਚਾ ਨਾਲ ਉਹਨਾਂ ਦਾ ਇਹ ਘਰ ਵੀਰ ਦੀ ਵੱਲੋਂ ਲਿਖਾਓ, ਮੈਂ ਚਲੋ ਘਰ ਦੀ ਵੱਲੋਂ ਲਿਖਾ ਦਿੰਦੇ, ਵੇਖ ਲੈਂਦੇ ਹਾਂ। ਮੁੜ ਕੇ ਮਤਲਬ ਉਹਨਾਂ ਦਾ ਮੇਨ ਕਾਰਨ ਇਹ ਸੀ ਵੀ ਸਾਨੂੰ ਟਾਲ ਮਟੋਲ ਹੀ ਕਰੀ ਜਾਂਦੇ,